मां अते बुजुर्ग दादे दा इकलौता सहारा सी शहीद कुलदीप सिंह बाजवा। ਉਹ ਵੇਖੋ ਵੀਰ ਜੀ, ਉਹਨਾਂ ਨੇ ਰਕਮ ਨੂੰ ਕੀ ਕਰਨਾ ਪੈ ਗਿਆ ਉਹਨੂੰ, ਉਹਨਾਂ ਦਾ ਇਕੱਲਾ ਇਕੱਲਾ ਪੋਤੇ ਦਾ ਜਵਾਨ ਚੱਲ ਗਿਆ, ਉਹ ਥੋੜ੍ਹਾ ਵਾਪਸ ਆ ਜਾਣਾ ਪੈ ਗਿਆ ਨਾ। ਬੀਤੇ ਕੱਲ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਹੋਏ ਮੁੱਠਭੇੜ ਦੌਰਾਨ ਸ਼ਹੀਦ ਹੋਇਆ ਕੁਲਦੀਪ ਸਿੰਘ ਬਾਜਵਾ। ਜਿਹੜੇ ਅਨਸਰ ਨੇ ਉਹ ਸਰਗਰਮ ਹੋਏ ਨੇ, ਮਤਲਬ ਇੱਧਰ ਉੱਧਰ ਬਚਾ ਲਈ ਭੱਜੇ ਫਿਰਨ ਡਏ ਨੇ। ये मुंडे ने बड़ी दलेरी ना उन्हां दा पिछा कीता, पिछा करन दे करके इन्हें भी दलेरी कीती है, ते मतलब शहादत हो गई है ना। पंजाब सरकार दे वल्लों पीड़ित परिवारिक मेंबरां नूं 1 करोड़ रुपए दी राशि देण दा कीता गया ऐलान। पूरे पिंड अते शहर दे विच छाई सोग दी लहर। ਹਾਂਜੀ, ਕਪੂਰਥਲੇ ਕੁਆਟਰ ਚ ਰਹਿੰਦੇ ਨੇ। ਕਪੂਰਥਲੇ ਕੁਆਟਰ, ਹਾਂਜੀ। ਪਿੰਡ ਫਿਰ ਕਦੋਂ ਆਉਂਦੇ ਚੱਕਰੀ ਮਾਰਦੇ? ਪਿੰਡ ਜਦੋਂ ਛੁੱਟੀ, ਮਤਲਬ ਇੱਥੇ ਛੁੱਟੀ ਕੱਟ ਕੇ ਫਿਰ ਮਤਲਬ ਉਦੋਂ ਆਉਂਦੇ ਨੇ। ਅੱਛਾ, 2-4 ਦੇ ਰਹਿ ਜਾਂਦੇ ਆ। ਨਮ ਅੱਖਾਂ ਦੇ ਨਾਲ ਸ਼ਹੀਦ ਕੁਲਦੀਪ ਸਿੰਘ ਬਾਜਵਾ ਦਾ ਕੀਤਾ ਗਿਆ ਅੰਤਿਮ ਸੰਸਕਾਰ। ਸ਼ਬਦਾਂ ਦੀ ਤਾਕਤ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਸ਼ਰ ਸ਼ਰਮਾ ਸਵਾਗਤ ਕਰਦੀ ਹਾਂ। ਬੀਤੇ ਕੱਲ ਫਗਵਾੜਾ ਦੇ ਵਿੱਚ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਹੋਈ ਮੁੱਠਭੇੜ ਦੌਰਾਨ ਕੁਲਦੀਪ ਸਿੰਘ ਬਾਜਵਾ ਜੋ ਕਿ ਸ਼ਹੀਦ ਹੋ ਗਿਆ। ਜੀ ਹਾਂ, ਦੱਸਦੇ ਕਿ ਲੁਟੇਰਿਆਂ ਦੇ ਵੱਲੋਂ ਕੁਲਦੀਪ ਸਿੰਘ ਬਾਜਵਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਅਤੇ ਕੁਲਦੀਪ ਸਿੰਘ ਬਾਜਵਾ ਦੀ ਮੌਤ ਹੋ ਜਾਂਦੀ ਹੈ। ਸੋ ਇਸੇ ਦੌਰਾਨ ਦੱਸਦੇ ਕਿ 3 ਲੁਟੇਰਿਆਂ ਦੇ ਵੀ ਗੋਲੀਆਂ ਲੱਗਦੀਆਂ ਨੇ ਅਤੇ ਉਹਨਾਂ ਦੀ ਹਾਲਤ ਜ਼ਖਮੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ। ਪਰ ਇਸ ਮੁੱਠਭੇੜ ਦੌਰਾਨ ਕੁਲਦੀਪ ਸਿੰਘ ਬਾਜਵਾ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਹੋਣਹਾਰ ਅਤੇ ਦਲੇਰ ਨੌਜਵਾਨ ਸੀ ਜੋ ਕਿ ਸ਼ਹੀਦ ਹੋ ਗਿਆ ਅਤੇ ਆਪਣੇ ਮਾਪਿਆਂ ਨੂੰ ਜਾਣੀ ਕਿ ਮਾਂ ਅਤੇ ਬਜ਼ੁਰਗ ਦਾਦੇ ਨੂੰ ਹਮੇਸ਼ਾ ਦੇ ਲਈ ਇਕੱਲਿਆਂ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ। ਸੋ ਤੁਹਾਨੂੰ ਦੱਸ ਦੇ ਕਿ ਸ਼ਹੀਦ ਕੁਲਦੀਪ ਸਿੰਘ ਬਾਜਵਾ ਦਾ ਪਿਤਾ ਵੀ ਪੁਲਿਸ ਮੁਲਾਜ਼ਮ ਸੀ। ਸੋ 2016 ਦੇ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕੁਲਦੀਪ ਸਿੰਘ ਬਾਜਵਾ ਨੂੰ ਉਹਨਾਂ ਦੀ ਨੌਕਰੀ ਦਿੱਤੀ ਜਾਂਦੀ ਹੈ। ਸੋ ਬੀਤੇ ਕੱਲ ਕੁਲਦੀਪ ਸਿੰਘ ਬਾਜਵਾ ਵੀ ਸ਼ਹੀਦ ਹੋ ਗਿਆ ਅਤੇ ਆਪਣੀ ਮਾਂ ਅਤੇ ਬਜ਼ੁਰਗ ਦਾਦੇ ਨੂੰ ਹਮੇਸ਼ਾ ਦੇ ਲਈ ਇਕੱਲਿਆਂ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ। ਸੋ ਜਿਵੇਂ ਹੀ ਕੁਲਦੀਪ ਸਿੰਘ ਬਾਜਵਾ ਦੀ ਸ਼ਹਾਦਤ ਵਾਲੀ ਦੁੱਖ ਭਰੀ ਖਬਰ ਫੈਲਦੀ ਹੈ ਤਾਂ ਨਮ ਅੱਖਾਂ ਦੇ ਨਾਲ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਉਹਨਾਂ ਦੇ ਘਰ ਪਹੁੰਚਦੇ ਨੇ। ਤੁਹਾਨੂੰ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਸੋ ਹੁਣ ਇੱਥੇ ਸਵਾਲ ਖੜਾ ਹੋ ਰਿਹਾ ਹੈ ਕਿ ਹੁਣ ਬਜ਼ੁਰਗ ਦਾਦੇ ਅਤੇ ਮਾਂ ਦਾ ਸਹਾਰਾ ਕੌਣ ਬਣੇਗਾ? ਦੱਸ ਦੇ ਕਿ ਕੁਲਦੀਪ ਸਿੰਘ ਬਾਜਵਾ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਕੁਲਦੀਪ ਸਿੰਘ ਬਾਜਵਾ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਅਮਰਗੜ੍ਹ ਦਾ ਰਹਿਣ ਵਾਲਾ ਸੀ। ਸੋ ਜਿਵੇਂ ਹੀ ਕੁਲਦੀਪ ਸਿੰਘ ਬਾਜਵਾ ਦੀ ਮੌਤ ਹੁੰਦੀ ਹੈ ਤਾਂ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਸੋ ਬੀਤੀ ਸ਼ਾਮ ਨਮ ਅੱਖਾਂ ਦੇ ਨਾਲ ਕੁਲਦੀਪ ਸਿੰਘ ਬਾਜਵਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸੋ ਇਸ ਦੇ ਦੌਰਾਨ ਤੁਹਾਨੂੰ ਦੱਸ ਦੇ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਆਪ ਸਰਕਾਰ ਖਿਲਾਫ ਜੋ ਕਿ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਆਪ ਸਰਕਾਰ ਦੇ ਸਮੇਂ 'ਚ ਇੱਕ ਸੁਰੱਖਿਆ ਕਰਮਚਾਰੀ ਹੀ ਸੁਰੱਖਿਅਤ ਨਹੀਂ, ਜੋ ਕਿ ਲੋਕਾਂ ਦੀ ਸੁਰੱਖਿਆ ਕਰਦੇ ਨੇ ਉਹੀ ਸੁਰੱਖਿਅਤ ਨਹੀਂ, ਤਾਂ ਆਮ ਇਨਸਾਨ ਕਿੱਥੋਂ ਸੁਰੱਖਿਅਤ ਹੋਵੇਗਾ? ਸੋ ਇਸ ਮਾਮਲੇ ਸੰਬੰਧੀ ਅੱਗੇ ਹੋਰ ਕੀ ਕੁਝ ਕਿਹਾ ਪਿੰਡ ਦੇ ਲੋਕਾਂ ਨੇ, ਰਿਸ਼ਤੇਦਾਰਾਂ ਨੇ ਅਤੇ ਦੋਸਤਾਂ ਮਿੱਤਰਾਂ ਨੇ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਜੀ ਵੀਰ ਜੀ, ਇਹ ਕਵਲ ਮੁਲਾਜ਼ਮ ਕੀ ਲੱਗਦੇ ਆਪਣੇ ਰਿਸ਼ਤੇ 'ਚ? ਮੇਰਾ ਭਤੀਜਾ ਜੀ। ਹਾਂਜੀ ਹਾਂਜੀ। ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮਤਲਬ ਨੌਕਰੀ ਕਰਨ? ਇਹਨਾਂ ਨੂੰ 2017 'ਚ ਮਿਲੀ ਸੀ। 2017 2016 'ਚ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ। ਹਾਂਜੀ, ਇਹਨਾਂ ਨੂੰ ਫਾਦਰ ਦੀ ਮਿਲੀ ਸੀ ਨੌਕਰੀ। ਫਾਦਰ ਦੀ ਨੌਕਰੀ, ਹਾਂਜੀ। ਤੇ ਇਹ ਮੈਰਿਡ ਕਿ ਅਨਮੈਰਿਡ? ਅਨਮੈਰਿਡ ਜੀ। ਅਨਮੈਰਿਡ, ਹਾਂਜੀ। ਤੇ ਇਹ ਜਿਹੜਾ ਇਹਨਾਂ ਦਾ ਜੱਦੀ ਪਿੰਡ? ਹਾਂਜੀ, ਜੱਦੀ ਪਿੰਡ ਆ ਜੀ। ਜੱਦੀ ਪਿੰਡ, ਤੇ ਇਹ ਜਿੱਥੇ ਮਤਲਬ ਜੋਬ ਕਰਦੇ ਨੇ ਉੱਥੇ ਰਹਿੰਦੇ ਜਾਂ ਕਿਤੇ? ਹਾਂਜੀ, ਕਪੂਰਥਲੇ ਕੁਆਟਰਾਂ 'ਚ ਰਹਿੰਦੇ ਨੇ। ਕਪੂਰਥਲੇ ਕੁਆਟਰ, ਹਾਂਜੀ। ਪਿੰਡ ਫਿਰ ਕਦੋਂ ਆਉਂਦੇ ਚੱਕ ਚੁੱਕ ਮਾਰਦੇ? ਪਿੰਡ ਜਦੋਂ ਛੁੱਟੀ, ਮਤਲਬ ਇੱਥੇ ਛੁੱਟੀ ਕੱਟ ਕੇ ਫਿਰ ਮਤਲਬ ਉਦੋਂ ਆਉਂਦੇ ਨੇ? ਉਦੋਂ। ਅੱਛਾ, 2-4 ਦੇ ਰਹਿ ਜਾਂਦੇ? 2-4 ਦਿਨ ਰਹਿ। ਹਾਂਜੀ, ਠੀਕ ਠੀਕ। ਅਤੇ ਜਿਹੜੇ ਭਾਅ ਜੀ ਮਤਲਬ ਸਰਕਾਰ ਨੂੰ ਐਡਾ ਵੱਡੀ ਰਕਮ ਦਾ ਦਾਅਵਾ ਕੀਤਾ ਗਿਆ, ਉਹ ਤੁਸੀਂ ਕਿਵੇਂ ਦੇਖਦੇ? ਉਹ ਵੇਖੋ ਵੀਰ ਜੀ, ਉਹਨਾਂ ਨੇ ਰਕਮ ਨੂੰ ਕੀ ਕਰਨਾ ਪੈ ਗਿਆ ਉਹਨੂੰ? ਹਾਂਜੀ, ਉਹਨਾਂ ਦਾ ਇਕੱਲਾ ਇਕੱਲਾ ਪੋਤੇ ਦਾ ਜਵਾਨ ਚੱਲ ਗਿਆ, ਉਹ ਥੋੜ੍ਹਾ ਵਾਪਸ ਆ ਜਾਣਾ ਪੈ ਗਿਆ ਨਾ। ਹਾਂਜੀ, ਉਹ ਪੈਸੇ ਨਾਲ ਨਹੀਂ ਕਮੀ ਪੂਰੀ ਹੋਣੀ। ਹਾਂਜੀ ਹਾਂਜੀ। ਅਤੇ ਇਹ ਜਿਹੜੇ ਮਤਲਬ ਐਡੇ ਫਕਰਤ ਮੰਨਦੇ ਜੋ ਐਡੀ ਮਤਲਬ ਗੈਂਗਸਟਰਾਂ ਨੂੰ ਮਤਲਬ ਕਰਕੇ ਚੁਣੌਤੀ ਦੇ ਕੇ ਉਹਨਾਂ ਨੂੰ ਲਕਾਰ ਕੇ ਮਤਲਬ ਉਹਨਾਂ ਨੂੰ ਮੁਕਾਬਲਾ ਕੀਤਾ ਕਿਵੇਂ ਦੇਖਦੇ? ਮੁਕਾਬਲਾ ਨੂੰ ਫਕਰ ਵੀ ਆ, ਮਤਲਬ ਦਲੇਰੀ ਬਹੁਤ ਸੀ ਉਹ ਮੁੰਡੇ 'ਚ। ਹਾਂਜੀ, ਅਤੇ ਅੱਗੇ ਵੀ ਉਹਨੇ ਬਹੁਤ ਇੱਦਾਂ ਦੇ ਮਤਲਬ ਕਾਰਨਾਮੇ ਕੀਤੇ ਨੇ। ਹਾਂਜੀ, ਅਤੇ ਦਲੇਰੀ ਨਾਲ ਹੀ ਉਹ ਵੀ, ਹਾਂਜੀ, ਬਹੁਤ ਦਲੇਰ ਹੀ, ਸਾਨੂੰ ਮਾਣ ਵੀ ਹੈਗਾ। ਹਾਂਜੀ ਹਾਂਜੀ।
सरकार भी इन्होंने गैंगस्टर के नत्थ पानी चाहिए है। हाँ जी पिंड शाहपुर अमरगढ़ का रहने वाला ये परिवार जोड़ा मतलब साढ़े दूसरी गली च पिछले पास किसानी ना जुड़िया पाया शुरू तो यदा जो दादा ही पहले आर्मी में नौकरी करके आया रिटायर होकर आए हैं जोड़ा फादर ही करनैल सिंह पंजाब पुलिस नौकरी करता कपूरथले डिस्ट्रिक्ट का भर्ती है वो डैथ होने करके बेटे नौकरी मिली कुलदीप सिंह 2017 के मेरे खा भर्ती होया तो अजे अनमैरिड है एक सिस्टर है वो छोटी है तो मैरिड है तो माता है जी तो दादा है दो है मतलब घर का बहुत ही घाटा पै गया पिंड भी चलो पिंड जो है ही हमदर्दी मतलब हमदर्दी कर सकते हैं पर परिवार लिए बड़ा नेरा छा गया बड़ी दुख की घटना वापर गई साढ़े पिंड हालात वेखो सरकार कोई पैरवाई इन्होंने छेड़िया जो इन्हें छेड़िए तो फिर उठद भजदा इधर उधर भजदा सरकार ने कोई मुहिम छेड़ी है तो जे अंसर ने वो सरगर्म होए ने मतलब इधर उधर बचा ही भजे फिरन डे ने तो मुंडे ने बड़ी दलेरी ने उन्हों का पिछा किया पिछा करने करके इन्हें भी दलेरी की है तो मतलब शहादत हो गई है ना बहुत तगड़ी दलेरी है कोई कर नहीं सकता जी इन्हें दलेरी वरती है मुंडे रात उठ के नाल अपने अफसर के जाना जाके तो फिर अगे पहल करनी तो कार्रवाई तो सारी यदि है ना मुहिम च जो मनी है तो कार्रवाई तो मुंडे ने सारी की तो फिर पुलिस को चाहिए भी उस वे जरा इनू भी बचाने लिए कोई ना कोई पुख्ता प्रबंध करने चाहिए ही ये वाल ध्यान घट दिता गया तो दोषियों फड़न लिए जोर लाया इनू बचा लिए कोई ना कोई तरीका वरतना चाहिए भी जिन्ना बेटा बच जाता क्योंकि कलौता है बेटा परिवार का कोई अगे है नहीं सो हुण देखना होवेगा मां अते बजुर्ग दादे दा कौन सहारा बनेगा कौन हुण उहनां दी राखी करेगा सो ये तां हुण आउण वाला समां ही दसेगा सो तुहाडी इस बारे की राय है जो पंजाब दे विच लगातार कानून दी स्थिति विगड़दी जा रही है हालात बेकाबू हुंदे जा रहे ने इस बारे तुहाडे की विचार ने जो भी तुहाडे विचार ने ओह साडे नाल नीचे कमेंट बॉक्स दे विच जरूर सांझे कर सकदे हो देखदे रहो शब्दां दी ताकत एवन मीडिया धन्नवाद